ਦੇਖੋ ਜਿਹੜੇ ਇਹ ਸਵੇਰੇ ਸਾਡੇ ਭਰਾ ਅਖਬਾਰ ਵੰਡਦੇ ਨੇ ਸਵੇਰੇ ਉੱਠ ਕੇ, ਅਤੇ ਉਹਨਾਂ ਨੇ ਸਵੇਰੇ ਕੋਈ ਸਰਦੀ ਗਰਮੀ ਬਾਰਿਸ਼ ਕੋਈ ਵੀ ਹੋਵੇ, ਇਹਨਾਂ ਨੂੰ ਕੋਈ ਛੁੱਟੀ ਨਹੀਂ ਹੁੰਦੀ। ਦੋ ਚਾਰ ਦਿਨ ਛੱਡ ਕੇ ਇਹਨਾਂ ਰੋਜ਼ ਸਵੇਰੇ ਉੱਠ ਕੇ ਅਖਬਾਰ ਵੰਡਣ ਜਾਣਾ ਹੁੰਦਾ। ਅਤੇ ਅਸੀਂ ਜਿਹੜੇ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ ਰੈੱਡ ਕਰੋਸ ਵੱਲੋਂ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ, ਬਈ ਇਹਨਾਂ ਨੂੰ ਜਿਹੜੀ ਇਹ ਸਖਤ ਮਿਹਨਤ ਕਰਦੇ ਨੇ, ਇਹਨਾਂ ਦੀ ਮਿਹਨਤ ਨੂੰ ਅਸੀਂ ਸਲਾਮ ਕਰਦੇ ਹਾਂ। ਅਤੇ ਇਹਨਾਂ ਨੂੰ, ਕਿਉਂਕਿ ਮੋਸਟਲੀ ਜਿਹੜੇ ਲੋਕ ਹੁੰਦੇ ਨੇ ਉਹ ਲੋਅਰ ਮਿਡਲ ਕਲਾਸ 'ਚੋਂ ਹੁੰਦੇ ਨੇ, ਸਾਈਕਲ ਉਹਨਾਂ ਦੇ ਖਰਾਬ ਹੁੰਦੇ ਨੇ, ਇਹ ਪਾਰਟ ਟਾਈਮ ਉਹਨਾਂ ਦਾ ਕੰਮ ਹੁੰਦਾ, ਅਤੇ ਜੇ ਉਹਨੇ 9 ਵਜੇ ਕਿਤੇ ਨੌਕਰੀ ਕਰਨ ਜਾਣਾ, ਠੀਕ ਹੈ, ਉਹ ਲੇਟ ਹੋ ਜਾਂਦੇ ਨੇ, ਸਾਈਕਲ ਪੈਂਚਰ ਹੋ ਗਿਆ, ਚੈਨ ਠੀਕ ਨਹੀਂ ਹੈਗੀ ਹੈ, ਅਤੇ ਉਹ ਬਾਕੀ ਥਾਂ ਵੀ ਲੇਟ ਹੋ ਜਾਂਦੇ ਨੇ। ਇਸ ਲਈ ਥੋੜ੍ਹਾ ਜਿਹਾ ਉਹਨਾਂ ਨੂੰ ਉਹਨਾਂ ਨੂੰ ਅਸੀਂ ਸਪੋਰਟ ਦਿੱਤੀ ਹੈ, ਕੋਈ ਚੈਰਿਟੀ ਨਹੀਂ ਹੈ, ਅਤੇ ਉਹਨਾਂ ਦੀ ਮਿਹਨਤ ਨੂੰ ਅਸੀਂ ਹੋਰ ਮਿਹਨਤ ਕਰਨ ਲਈ ਉਹਨਾਂ ਨੂੰ ਉਤਸ਼ਾਹਿਤ ਕੀਤਾ ਹੈ। ਇਹਦਾ ਅਸੀਂ ਮੁਹਿੰਮ ਦਾ ਨਾਂ ਰੱਖਿਆ ਹੈ ਨਵੀਂ ਉਡਾਨ ਸੁਨੇਹੇ ਦੀ ਸਵਾਰੀ, ਨਵੀਂ ਉਡਾਨ ਸੂਚਨਾ ਦੀ ਸਵਾਰੀ, ਠੀਕ ਹੈ। ਅਤੇ ਉਹਦੇ ਲਈ ਸਾਨੂੰ ਸੂਚਨਾ ਜਿਹੜੀ ਹੈ ਲੋਕਾਂ ਤੱਕ ਪਹੁੰਚਦੀ ਹੈ, ਅਤੇ ਅਸੀਂ ਇਹੀ ਆਸ ਕਰਾਂਗੇ ਵੀ ਸਾਰੇ ਜਿਹੜੇ ਹੈਗੇ ਨੇ ਇਸੇ ਤਰ੍ਹਾਂ ਆਪਣੇ ਕੰਮ ਨੂੰ ਮਿਹਨਤ ਨਾਲ ਕਰਨ, ਅਤੇ ਸਾਡੇ ਲਈ ਕੋਈ ਵੀ ਕਿਸੇ ਤਰ੍ਹਾਂ ਹੁਕਮ ਹੋਏਗਾ ਅਸੀਂ ਹਮੇਸ਼ਾ ਹਾਜ਼ਰ ਹਾਂ। ਕਿੰਨੇ ਸਾਈਕਲ ਵੰਡੇ ਗਏ ਸਰ? ਅੱਜ ਅਸੀਂ 35 ਸਾਈਕਲਸ ਵੰਡੇ ਨੇ, ਜੇ ਅਸੀਂ ਲਿਸਟ ਜਿਹੜੀ ਸੀ ਉਹ DPRO ਸਾਹਿਬ ਤੋਂ ਤਿਆਰ ਕਰਵਾਈ, ਅਤੇ ਬਿਨਾਂ ਕਿਸੇ ਭੇਦਭਾਵ ਤੋਂ, ਬਿਨਾਂ ਕਿਸੇ ਧਰਮ ਜਾਤੀ ਨੂੰ ਤਾਂ ਦੇਖਦੇ ਹੋਏ ਸਭ ਨੂੰ ਅਸੀਂ ਸਾਈਕਲ ਵੰਡੇ। ਪੂਰੇ ਜ਼ਿਲ੍ਹੇ ਦੇ ਹੋਕਰ ਨੇ ਸਰ? ਹਾਂ, ਪੂਰੇ ਜ਼ਿਲ੍ਹੇ ਦੇ ਹੋਕਰ ਨੇ ਜੀ। ਬਿਲਕੁਲ, ਰਹਿ ਵੀ ਗਿਆ ਹੋਇਆ ਜਾ ਤਾਂ ਉਹ ਵੀ ਸਾਨੂੰ ਫਿਰ ਦੁਬਾਰ ਦੀ ਦੱਸਦੇ, ਅਸੀਂ ਉਹਨੂੰ ਵੀ ਦੇ ਦਾਂਗੇ। ਜ਼ਿਲ੍ਹਾ ਰੈੱਡ ਕਰੋਸ ਸੋਸਾਇਟੀ ਸ਼ਹੀਦ ਭਗਤ ਸਿੰਘ ਨਗਰ, ਉਹਨਾਂ ਦੇ ਪ੍ਰਧਾਨ ਮਿਸਟਰ ਰਜੇਸ਼ ਧਮਾਨ ਜੀ, ਜਿਹੜੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ, ਉਹਨਾਂ ਵੱਲੋਂ ਅੱਜ ਇੱਕ ਨਵਾਂ ਜਿਹੜਾ ਜੋ ਚੈਪਟਰ ਸ਼ੁਰੂ ਕੀਤਾ ਗਿਆ, ਨਵੀਂ ਉਡਾਨ ਸੂਚਨਾ ਦੀ ਸਵਾਰੀ, ਜਿਹਦੇ ਤਹਿਤ ਜਿਹੜੇ ਸਾਡੇ ਬੱਚੇ ਸਵੇਰੇ ਸਵੇਰੇ ਅਖਬਾਰਾਂ ਬਣਦੇ ਆ, ਲੋਕਾਂ ਤੱਕ ਹਰ ਰੋਜ਼ ਦੀ ਖਬਰ ਪਹੁੰਚਾਉਂਦੇ ਆ, ਉਹਨਾਂ ਬੱਚਿਆਂ ਨੂੰ ਸਾਈਕਲ ਦਿੱਤੇ ਗਏ, ਜੇ 35 ਸਾਈਕਲ ਜਿਹੜੇ ਅੱਜ ਡਿਸਟ੍ਰੀਬਿਊਟ ਕੀਤੇ ਆ, ਮੈਂ ਸਮਝਦਾ ਇੱਕ ਬਹੁਤ ਵੱਡੀ ਪਹਿਲਕਦਮੀ ਆ। ਔਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ CM ਪੰਜਾਬ, ਇਹ ਉਹਨਾਂ ਦੀ ਸੋਚ ਆ ਕਿ ਜਿਹੜੀਆਂ ਵੀ ਸਹੂਲਤਾਂ ਤੋਂ ਵਾਂਝੇ ਲੋਕ ਨੇ, ਉਹਨਾਂ ਨੂੰ ਜਿਸ ਤਰ੍ਹਾਂ ਦੀ ਸਹੂਲਤ ਉਹਨੂੰ ਚਾਹੀਦੀ ਆ ਉਹ ਸਹੂਲਤ ਪ੍ਰੋਵਾਈਡ ਕੀਤੀ ਜਾਵੇ। ਔਰ ਮੈਂ ਸਮਝਦਾ ਕਿ ਇਹ, ਮੈਂ DC ਸਾਹਿਬ ਦਾ ਵੀ ਧੰਨਵਾਦ ਕਰਦਾ, ਉਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਜੋ ਸਵੇਰੇ ਜਿਹੜੇ ਅਖਬਾਰ ਪਹੁੰਚਾਉਂਦੇ, ਉਹਨਾਂ ਜੋ ਸਭ ਤੋਂ ਪਹਿਲੀ ਜ਼ਰੂਰਤ ਆ ਉਹਦੇ ਕੋਲ ਕੋਈ ਨਾ ਕੋਈ ਵਹੀਕਲ ਹੋਣਾ ਚਾਹੀਦਾ, ਉਹਨਾਂ ਨੇ ਅੱਜ ਉਹਨਾਂ ਨੂੰ ਸਾਈਕਲ ਪ੍ਰੋਵਾਈਡ ਕੀਤੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਵੀ ਲੋੜਵੰਦ ਨੇ ਉਹਨਾਂ ਦੀ ਜਿੰਨੀ ਵੀ ਮਦਦ ਕੀਤੀ ਜਾ ਸਕੇ ਉਹ ਕੀਤੀ ਜਾਏਗੀ। ਔਰ ਸਭ ਤੋਂ ਵੱਡੀ ਗੱਲ ਹੋਰ ਜਿਹੜੀ ਅੱਜ ਇਸ ਜਿਹੜਾ ਇਹਨਾਂ ਨਵੀਂ ਉਡਾਨ ਸੂਚਨਾ ਦੀ ਸਵਾਰੀ, ਜੋ ਕਹਿੰਦਾ ਮਤਲਬ ਲੋਕਾਂ ਦੀਆਂ ਮੁਸ਼ਕਲਾਂ ਨੇ, ਉਹਨਾਂ ਨੂੰ ਇਹ ਵੀ ਮੈਸੇਜ ਦਿੱਤਾ ਵੀ ਉਹ ਮੁਸ਼ਕਲਾਂ ਤੁਸੀਂ ਜੇ ਮਤਲਬ ਕਿਸੇ ਰੋਡ ਟੁੱਟੀ ਆ ਜਾਂ ਸਵੇਰੇ ਸਵੇਰੇ ਜਾਂਦੇ ਉਸ ਵੇਲੇ ਕਿਤੇ ਲਾਈਟ ਨਹੀਂ ਜਗਦੀ, ਕਹਿੰਦਾ ਮੈਂ ਸਟਰੀਟ ਲਾਈਟ ਬੰਦ ਆ, ਇਹ ਇਨਫੋਰਮੇਸ਼ਨ ਦੇਣ, ਫੀਡਬੈਕ ਇਹਨਾਂ ਤੋਂ ਆਏਗੀ ਔਰ ਕੰਮ ਸਰਕਾਰ ਕਰੇਗੀ। ਇਹ ਬਹੁਤ ਵੱਡਾ ਸੁਨੇਹਾ ਹੈ, ਮੈਨੂੰ ਲੱਗਦਾ ਜੀ ਇਹ ਹਰ ਡਿਸਟ੍ਰਿਕਟ ਲੈਵਲ 'ਤੇ ਸ਼ੁਰੂ ਹੋਏਗਾ, ਇਹਦਾ ਰਿਜ਼ਲਟ ਬਹੁਤ ਚੰਗਾ ਆਵੇਗਾ।